ਅੱਜ ਦੀ ਰਾਤ ਬੜੀ ਅਹਿਮ ਰਾਤ ਹੈ ਮਾਮੂਲੀ ਨਹੀਂ ਬੜੇ ਧਿਆਨ ਦੇ ਨਾਲ ਗੱਲ ਸੁਣਿਓ ਜੇ ਇਨਫਾਰਮੇਸ਼ਨ ਦੇ ਵਿੱਚ ਅਜ਼ਾਫਾ ਵੀ ਹੋਏਗਾ ਗੱਲ ਸੁਣ ਕੇ ਤੁਹਾਨੂੰ ਅੱਛਾ ਵੀ ਲੱਗੇਗਾ ਗੱਲ ਸੁਣਨ ਤੋਂ ਪਹਿਲਾਂ ਮੈਂ ਐਡਵਾਂਸ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਅੱਜ ਅਲhamdulillah ਰਬੀਉਲ ਅਵਲ ਦਾ ਚੰਨ ਨਜ਼ਰ ਆ ਜਾਏਗਾ ਤੇ ਅੱਲਾ ਖੈਰ ਵਾਫੀਅਤ ਰੱਖੇ 17 ਸਤੰਬਰ ਨੂੰ ਈਦ ਮਲਾਦੁਨ ਨਬੀ 12 ਰਬੀਉਲ ਅਵਲ ਹੋਏਗਾ ਔਰ ਉਸ ਤੋਂ ਇਲਾਵਾ ਪਾਦਰੋਂ ਦੀ ਅੱਜ 22 ਤਰੀਕ ਹੈ ਜਿਵੇਂ ਸਤੰਬਰ ਦੀ ਅੱਜ 5 ਤਰੀਕ ਹੈ ਸੰਨ 2024 ਤੇ ਦਿਨ ਜੁਮੇ ਰਾਤ ਹੈ ਪਾਦਰੋਂ ਦੀ 22 ਤਰੀਕ ਯਾਨੀ ਅੱਜ ਦੀ ਜਿਹੜੀ ਰਾਤ ਹੈ ਇਹ ਤਾਰਾ ਇੱਕ ਫਟਦਾ ਸਿਆਣੇ ਵਡੇਰੇ ਬੰਦੇ ਆਂਦੇ ਨੇ ਕਿ ਤਾਰਾ ਫਟਦਾ ਇਹ ਤੋਂ ਰਾਤਾਂ ਬੜੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਦਿਹਾੜੀਆਂ ਜਿਹੜੀਆਂ ਨੇ ਹੌਲੀ 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 ਹੋਲੀ ਗਰਮੀ ਘਟ ਜਾਏਗੀ ਤੇ ਦਿਹਾੜੀਆਂ ਵੀ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਪਾਦਰੋਂ ਤੇ ਦਿਹਾੜੇ 8 ਰਹਿ ਗਏ ਨੇ ਅਗੋਂ ਫਿਰ ਅਸੋਂ ਚੜ ਜਾਣਾ ਅਸੋਂ ਦੇ ਵਿੱਚ ਜਾ ਕੇ ਤੇ ਮਤਲਬ ਮੱਖੀ ਮਛਰ ਇਹ ਥੋੜਾ ਥੋੜਾ ਹੋ ਜਾਂਦਾ ਜਿਵੇਂ ਹੁਣ ਵੀ ਮੱਖੀ ਮਛਰ ਆਵੇ ਫਿਰ ਆ ਬਡੇਰੇ ਬੰਦੇ ਪਿੰਡਾਂ ਥਾਵਾਂ ਦੇ ਵਿੱਚ ਨਾ ਡੰਗਰਾਂ ਦੇ ਕੋਲ ਧੂਣੀ ਲਾ ਛੜਦੇ ਨੇ ਮਛਰ ਵਾਸਤੇ ਤੇ ਇਹ ਹੌਲੀ ਹੌਲੀ ਜਿਹੜਾ ਨਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਅੱਜ ਦੀ ਰਾਤ ਤੋਂ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਇਦੇ ਵਿੱਚ ਕਹਿਣ ਦਾ ਮਕਸਦ ਦੱਸਣ ਦਾ ਮਕਸਦ ਇਹ ਹੋਵੇ ਕਿ ਆਪਣੀ ਸਿਹਤ ਦਾ ਬੜਾ ਖਿਆਲ ਰੱਖਣਾ ਹੈ ਮੌਸਮ ਜਿਵੇਂ ਜਿਵੇਂ ਬਦਲਦਾ ਹੋਵੇ ਗਲੇ ਖਰਾਬ ਹੋ ਜਾਂਦੇ ਨੇ ਬੁਖਾਰ ਚੜ ਜਾਂਦੇ ਨੇ ਜੇ ਬੁਖਾਰ ਚੜੇ ਨਾ ਤੇ ਤੁਸੀਂ ਫਰੂਟ ਵਾਲੇ ਕੋਲੋਂ ਮਿੱਠੇ ਲੈਣੇ ਇਹਦੇ ਨਾਲ ਮਿੱਠੇ ਤੁਸੀਂ ਚੂਸੋਗੇ ਨਾ ਤੇ ਤੁਹਾਡੇ ਬੁਖਾਰ ਨੂੰ ਬੜਾ ਫਰਕ ਪਏਗਾ ਠੰਡਾ ਪਾਣੀ ਘਟਾ ਛੜਨਾ ਉਂਝ ਵੀ ਚਲੋ ਨਹੀਂ ਜ਼ਿਆਦਾ ਪੀਣਾ ਚਾਹੀਦਾ ਲੇਕਿਨ ਠੰਡਾ ਪਾਣੀ ਘਟਾ ਛੜਨਾ ਤਾਂ ਕਿ ਹੁਣ ਗਲੇ ਦੇ ਰੰਦੇ ਖਰਾਬ ਨਾ ਹੋਣ ਜਿਹੜਾ ਕੋਈ ਜ਼ਖਮ ਹੋ ਜਾਵੇ ਤੇ ਏਡੀ ਛੇਤੀ ਐਸ ਮੌਸਮ ਦੇ ਵਿੱਚ ਜ਼ਖਮ ਛੁੱਟਦਾ ਨਹੀਂ ਸਿਆਣੇ ਆਂਦੇ ਨੇ ਛੱਪੜ ਦਾ ਜ਼ਖਮ ਯਾਨੀ ਕਿ ਐਸ ਮੌਸਮ ਦੇ ਵਿੱਚ ਜ਼ਖਮ ਹੋ ਜੇ ਨਾ ਤੇ ਫਿਰ 6 ਮਹੀਨੇ ਦਾ ਰਾਸ਼ਨ ਪਾ ਲੈਣਾ ਚਾਹੀਦਾ ਐ ਸੁਣੀਏ ਬੜੀ ਵਾਰੀ ਗੱਲ ਕਿ ਜੇ ਖੁਰਕਨਾ ਵੀ ਹੋਵੇ ਤੇ 6 ਮਹੀਨੇ ਦਾ ਰਾਸ਼ਨ ਪਾ ਲਓ ਕਿਉਂਕਿ ਮੌਸਮ ਦਾ ਹਿਸਾਬ ਹੁੰਦਾ ਰੱਬ ਦੇ ਬਣਾਏ ਸਾਡੇ ਕੋਲ ਪਾਕਿਸਤਾਨ ਹੈ ਬਲਕਿ ਐਸ ਖਿੱਤੇ ਦੇ ਵਿੱਚ ਬੜੇ ਸੋਹਣੇ ਮੌਸਮ ਨੇ ਅੱਲਾ ਦੀਆਂ ਬੜੀਆਂ ਸਾਰੀਆਂ ਨੇਮਤਾ ਨੇ ਜੇ ਫਰੂਟ ਖਾਓ ਤੇ ਮੌਸਮ ਦਾ ਫਰੂਟ ਖਾਓ ਜੇ ਸਬਜ਼ੀ ਖਾਓ ਤੇ ਮੌਸਮ ਦੀ ਸਬਜ਼ੀ ਖਾਓ। ਮਿਸਾਲ ਦੇ ਤੌਰ ਦੇ ਉੱਤੇ ਕਦੀ ਸਿਆਲ ਦੇ ਵਿੱਚ ਕੇਲੇ ਮਾਲਟੇ ਹੁੰਦੇ ਸਨ। ਹੁਣ ਕੇਲਿਆਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਦਾ ਮੌਸਮ ਕਿਹੜਾ ਹੈ। 12 ਮਹੀਨੇ ਹੀ ਪੇ ਲੱਭਦੇ ਨੇ। ਬੇਮੌਸਮਾ ਜਿਹੜਾ ਫਰੂਟ ਇਹ ਖਾ ਲੇ। ਇਹਦਾ ਨੁਕਸਾਨ ਹੁੰਦਾ ਹੈ। ਇਹਦਾ ਫਾਇਦਾ ਇਹਨਾਂ ਨਹੀਂ ਹੁੰਦਾ। ਬਹੁਤਾ ਨੁਕਸਾਨ ਹੁੰਦਾ। ਉਹਦੀ ਵਜ੍ਹਾ ਇਹ ਵੀ ਨਾ ਕਿ ਜਿਹੜਾ ਗੈਰ ਮੌਸਮ ਦਾ ਬਗੈਰ ਮੌਸਮ ਤੋਂ ਖਾ ਲੇ। ਉਹਨੂੰ ਸਪਰੇਅਾਂ ਖਾਦਾਂ ਜ਼ਿਆਦਾ ਇਸਤੇਮਾਲ ਕਰਕੇ ਪਕਾਇਆ ਬਣਾਇਆ ਜਾਂਦਾ ਹੈ। ਤੇ ਜਿੰਨਾ ਉਹ ਜ਼ਹਿਰ ਅੰਦਰ ਜਾਏਗਾ ਉਹ ਨਈ ਨੁਕਸਾਨ ਹੋਏਗਾ ਨਾ ਤੇ ਜਿਹੜਾ ਮੌਸਮ ਦਾ ਫਾਲੇ ਉਹ ਮਿਸਾਲ ਤੌਰ ਤੇ ਹੁਣ ਅੰਗੂਰ ਏ ਜਾਂ ਸੇਬ ਏ ਇਹ ਮੌਸਮ ਦੇ ਫਾਲ ਜਿਹੜੇ ਨੇ ਅਮਰੂਦ ਏ ਕਿੰਡੀਆਂ ਕਿੰਡੀਆਂ ਨਹਿਮਤਾ ਨੇ ਸਿਕੰਜਵੀਦਾ ਇਸਮਾਲ ਕਰੋ ਠੰਡੇ ਮਸ਼ਰੂਬਾਤ ਤੋਂ ਪਰਹੇਜ਼ ਕਰੋ ਤੇ ਚਾਹ ਘਟਾ ਕੇ ਕਵਾ ਇਸਮਾਲ ਕਰੋ ਆਪਣੇ ਆਪਣੇ ਘਰੋਂ ਤੁਸੀਂ ਪੀਂਦੇ ਹੋ ਜਿੰਨੀ ਦਿਲ ਕਰਦਾ ਪੀਵੋ ਉੰਜ ਕਿਹ ਸਿਆਣੇ ਨੇ ਆਖਿਆ ਸੀ ਵੀ ਚਾਹ ਹਫਤੇ ਚ ਇੱਕ ਵਾਰੀ ਹੋ ਪੀਣੀ ਚਾਹੀਦੀ ਅਸੀਂ ਦਿਹਾੜੀ ਚ 6 ਵਾਰੀ ਪੀਨੇ ਤੇ ਇਸੇ ਤਰ੍ਹਾਂ ਮੈਂ ਇੱਕ مشਵਰਾ ਦੇਣਾ ਚਾਹਨਾ ਐ ਜਿਹੜਾ ਬੰਦੇ ਦਾ ਮੇਦਾ ਹੈ ਨਾ ਇੰਜ ਕਹਿ ਲੋ ਜਿਵੇਂ ਇੱਕ ਗੁਬਾਰਾ ਹੈ ਜਦੋਂ ਉਹਦੇ ਵਿੱਚੋਂ ਹਵਾ ਨਿਕਲਦੀ ਤੇ ਗੁਬਾਰਾ ਕਿੰਜ ਦਾ ਹੋ ਜਾਂਦਾ ਬੰਦੇ ਦਾ ਮੇਦਾ ਰੱਬ ਦੀ ਜ਼ਾਤ ਨੇ ਇੱਕ ਐਸਾ ਬਣਾਇਆ ਕਿ ਜੇ ਮੇਦਾ ਖਰਾਬ ਹੋ ਜੇ ਨਾ ਤੇ ਹਜ਼ਾਰਾਂ ਬਿਮਾਰੀਆਂ ਬੰਦੇ ਨੂੰ ਫੜ ਲੈਂਦੀਆਂ ਨੇ ਮੇਦੇ ਤੋਂ ਬੜੀਆਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਅਸੀਂ ਜਦੋਂ ਰੋਟੀ ਖਾਣ ਲੱਗਨੇ ਆ ਨਾ ਤੇ ਇਹ ਜਿਹੜੇ ਸਾਡੇ ਪੋਟੇ ਨੇ ਚਾਵਲ ਖਾਣ ਲੱਗੀਏ ਜਾਂ ਰੋਟੀ ਖਾਣ ਲੱਗਿਏ ਤੇ ਇਹ ਪੋਟੇ ਸਾਡੇ ਦਿਮਾਗ ਨੂੰ ਇਹ ਰਿਪੋਰਟ ਦਿੰਦੇ ਨੇ ਕਿ ਹਜੇ ਖਾਣਾ ਗਰਮ ਹੈ ਅਸੀਂ ਜੇ ਉਹ ਪੋਟਿਆਂ ਦੀ ਦਿੱਤੀ ਰਿਪੋਰਟ ਨਾ ਮੰਨੀਏ ਤੇ ਅਸੀਂ ਫਟਾਫਟ ਮਤਲਬ ਉਹ ਲੁਕਮਾ ਤਰੋੜ ਕੇ ਸਾਲਨ ਰੋਟੀ ਹੈ ਜਾਂ ਚਾਵਲ ਨੇ ਉਹ ਅਸੀਂ ਮੂੰਹ ਚ ਪਾ ਲਈਏ ਨਾ ਤੇ ਉਹ ਮੂੰਹ ਦੱਸਦਾ ਜ਼ੁਬਾਨ ਦੱਸਦੀ ਏ ਕਿ ਹਜੇ ਖਾਣਾ ਗਰਮ ਹੈ ਇਹ ਨਾ ਖਾ ਫਿਰ ਅਸੀਂ ਉਹ ਫਟਾਫਟ ਖਾ ਲਈਏ ਤੇ ਉਹ ਗਰਮ ਖਾਣਾ ਜਿਹੜਾ ਖਾਧਾ ਉਹ ਨੁਕਸਾਨ ਦੇਗਾ ਫਿਰ ਜੇ ਇਹ ਠੰਡਾ ਪਾਣੀ ਪੀਨੇ ਆ ਉਹ ਗਰਮ ਗਰਮ ਖਾਣਾ ਖਾਦਾ ਉਹ ਤੂੰ ਠੰਡਾ ਪਾਣੀ ਪੀਤਾ ਨੁਕਸਾਨ ਹੋਇਆ ਕਿ ਨਾ ਹੋਇਆ ਮੇਰੇ ਪਾਗ ਪੈਗੰਬਰ ਫਰਮਾਇਆ ਸੀ ਗਰਮ ਪੀਓ ਤੇ ਠੰਡਾ ਖਾਓ ਅਸੀਂ ਉਲਟ ਚੱਲਨੇ ਆ ਆਪੇ ਅਸੀਂ ਗਰਮ ਖਾਣੇ ਆ ਤੇ ਠੰਡਾ ਪੀਨੇ ਆ ਉਹ ਫਿਰ ਮੇਦੇ ਦੀ ਤਬਾਈ ਤੇ ਹੋਣੀ ਹੋਣੀ ਹੈ ਨਾ ਇੱਕ ਗੱਲ ਮੇਰੀ ਯਾਦ ਰੱਖਿਓ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਗਈ ਏ ਜਿੰਨੀ ਮਰਜ਼ੀ ਤਰੱਕੀ ਕਰੇਗੀ ਜਦੋਂ ਅਸੀਂ ਕੁਦਰਤ ਨਾਲ ਟੱਕਰ ਲਵਾਂਗੇ ਨਾ ਸਾਇੰਸ ਦੀ ਮੰਨ ਵੀ ਲਈਏ ਜਾਂ ਨਾ ਵੀ ਮੰਨੀਏ ਇਦਵਸ ਇੱਕ ਕੁਦਰਤ ਨਾਲ ਟੱਕਰ ਲਵਾਂਗੇ ਨਾ ਤੇ ਫਿਰ ਸਾਡਾ ਨੁਕਸਾਨ ਹੋਏਗਾ ਮੇਰੇ ਪਾਕ پیغمبر ਨੇ ਜਿਹੜੀਆਂ 1500 ਸਾਲ ਪਹਿਲਾਂ ਗੱਲਾਂ ਕੀਤੀਆਂ ਉਹ ਅੱਜ ਵੀ ਸਾਇੰਸ ਮੰਨ ਰਹੀ ਹੈ ਕਿ ਉਹਨਾਂ ਦੇ ਵਿੱਚ ਹਕੀਕਤ ਹੈ ਉਹਨਾਂ ਦੇ ਵਿੱਚ ਕੋਈ ਰਾਜ਼ ਹੈ ਉਹਨਾਂ ਦੇ ਵਿੱਚ ਫਾਇਦਾ ਹੈ ਤੇ ਜਦੋਂ ਅਸਾਂ ਸਾਇੰਸੀ ਤਰੀਕੇ ਨੂੰ ਮੰਨ ਕੇ ਤੇ ਉਹਦੇ ਤੇ ਅਮਲ ਕਰਨਾ ਤੇ ਉਹਦਾ ਐਡਾ ਸਾਨੂੰ ਫਾਇਦਾ ਨਹੀਂ ਹੋਣਾ ਜੇ ਅਸੀਂ ਸੁਨਨਤ ਨਬਵੀ ਸਮਝ ਕੇ ਮੰਨ ਕੇ ਅਮਲ ਕਰਾਂਗੇ ਤੇ ਉਹਦੇ ਤੇ ਸਾਡਾ ਮਤਲਬ ਬੜਾ ਸਾਡਾ ਫਾਇਦਾ ਹੋਏਗਾ ਜਿਵੇਂ ਨਬੀ ਪਾਕ ਸਾਹਿਬ ਸਲਮ ਦੇ ਜ਼ਮਾਨੇ ਦੇ ਵਿੱਚ ਨਾ ਕਿਸੇ ਬੰਦੇ ਨੇ ਰੋਸ਼ਨਦਾਨ ਕੱਢਿਆ ਤੇ ਨਬੀ ਪਾਕ ਨੇ ਵੇਖਿਆ ਕਿ ਫਲਾਹ ਸਹਾਬੀ ਨੇ ਆਪਣੇ ਘਰ ਨੂੰ ਰੋਸ਼ਨਦਾਨ ਰੱਖਿਆ ਤੇ ਨਬੀ ਪਾਕ ਨੇ ਪੁੱਛਿਆ ਕਿ ਵੀ ਘਰ ਕਮਰੇ ਨੂੰ ਰੋਸ਼ਨਦਾਨ ਰੱਖਿਆ ਕਾਦੇ ਵਾਸਤੇ ਤੇ ਆਖਣ ਲਗਾ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹ ਵਸੱਲਮ ਹਵਾ ਆਏ ਦੀ ਹਾਂਜੀ ਤੇ ਨਬੀ ਪਾਕ ਨੇ ਫਰਮਾਇਆ ਕਿ ਜੇ ਤੂੰ ਇਹ ਗੱਲ ਕਹਿੰਦਾ ਨਾ ਕਿ ਰੋਸ਼ਨਦਾਨ ਰੱਖਿਆ ਕਿ ਅਜ਼ਾਨ ਦੀ ਆਵਾਜ਼ ਆਏ ਦੀ ਤੇ ਹਵਾਦ ਤੈਨੂੰ ਮੁਫਤੇ ਚ ਲੱਭਣੀ ਲੱਭਣੀ ਸੀ ਤੇ ਤੈਨੂੰ ਅਜ਼ਾਨ ਦਾ ਇਸ ਗੱਲ ਦਾ ਮੂੰਹ ਚ ਕੱਢਿਆ ਇਹਨਾਂ ਕਲਮਾਤ ਦਾ ਅਜਰ ਮਿਲਦਾ ਰਹਿੰਦਾ ਸੇ ਕਹਿਣ ਦਾ ਮਕਸਦ ਇਹ ਵੇ ਕਿ ਸਾਇੰਸ ਦੀ ਮੰਨ ਕੇ ਵੀ ਤੇ ਇਤਿਆਤਾਂ ਕਰਨੀਆਂ ਨੇ ਜਾਂ ਅਮਲ ਕਰਨਾ ਤੇ ਜੇ ਅਸੀਂ ਆਪਣੇ ਪਾਕ ਪੈਗੰਬਰ ਦੇ ਦੱਸਿਓ ਇੱਕ ਕੰਮਾਂ ਦੇ ਉਤੇ ਅਮਲ ਕਰੀਏ ਤੇ ਸਾਨੂੰ ਕਿੰਨਾ ਫਾਇਦਾ ਹੋਏਗਾ ਫਾਇਦਾ ਵੀ ਹੋਏਗਾ ਮਤਲਬ ਦੁਨਿਆਵੀ ਵੀ ਤੇ ਫਿਰ ਇਹ ਇਮਾਨੀ ਲਿਆਜ਼ ਦੇ ਨਾਲ ਵੀ ਇਸਲਾਮੀ ਲਿਆਜ਼ ਦੇ ਨਾਲ ਵੀ ਸਾਨੂੰ ਫਾਇਦਾ ਹੀ ਫਾਇਦਾ ਮਿਲੇਗਾ ਜੇ ਗੱਲਾਂ ਚੰਗੀਆਂ ਲਗੀਆਂ ਹੋਣ ਤੇ ਇਹਨਾਂ ਨੂੰ ਅੱਗੇ ਸ਼ੇਅਰ لازمی ਕਰ ਛੜਿਓ ਗੱਲਾਂ ਬੇਬਾਹਣੇ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂ ਕਰਾਂਗਾ ਮਜ਼ੀਦ ਵੀਡੀਓ ਵੇਖਣ ਵਾਸਤੇ ਮੇਰਾ YouTube ਦਾ ਚੈਨਲ ਅਵੈਸ ਕਮਨ ਸਿਆਲ ਘੋਟੀ ਮੇਰੇ Facebook ਦਾ ਪੇਜ ਅਵੈਸ ਕਮਨ ਸਿਆਲ ਘੋਟੀ ਅਵੈਸ احمد ਕਮਨ Facebook ਦਾ ਪੇਜ ਹੈ ਮੇਰਾ ਇਹਨਾਂ ਨੂੰ ਫਾਲੋ ਕਰ ਲਓ ਸਬਸਕ੍ਰਾਈਬ ਕਰ ਲਓ ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਸੋਹਣੇ ਦੇ ਵਾਲੇ ਅਸਲਾਮੁਅਲੈਕੁਮ ਰਹਿਮਤੁਲਾਹਿ ਵ ਬਰਕਤ